ਬਠਿੰਡਾ ਵਿਖੇ ਹੋਈ ਮੇਅਰ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਸਾਬਕਾ ਮੇਅਰ ਬਲਵੰਤ ਰਾਏ ਨੇ ਕਿਹਾ ਹੈ ਕਿ ਇੱਕ ਤਜਰਬੇਕਾਰ ਕੌਂਸਲਰ ਨੂੰ ਪਾਸੇ ਕਰਕੇ ਮੇਅਰ ਬਣਾਇਆ ਗਿਆ ਹੈ। ਜੇ ਬਠਿੰਡੇ ਦਾ ਤਜਰਬੇਕਾਰ ਮੇਅਰ ਬਣ ਜਾਂਦਾ ਤਾਂ ਬਠਿੰਡੇ ਨੂੰ ਹੋਰ ਵੀ ਤਰੱਕੀਆਂ ਵੱਲ ਜਾ ਸਕਦਾ ਸੀ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਅਸੀਂ ਉਹ ਕਾਨਫਰੰਸ ਮਨਪ੍ਰੀਤ ਬਾਦਲ ਜੋ ਸਾਡੇ ਐੱਮ ਐੱਲ ਏ ਹੈ, ਇੱਥੋਂ ਦੇ ਵਿੱਤ ਮੰਤਰੀ ਹੈ, ਉਹਦੀ ਕਾਰਿਆਸ਼ੈਲੀ, ਉਹਦੇ ਕੰਮ ਕਰਨ ਦਾ ਤਰੀਕਾ, ਉਹਦੇ ਬਾਰੇ ਅਸੀਂ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਹਰ ਸੰਸਥਾ 'ਤੇ, ਹਰ ਜ਼ਿਲ੍ਹੇ ਦੇ ਦਫ਼ਤਰ 'ਤੇ ਉਹਨਾਂ ਨੇ ਕਬਜ਼ਾ ਕਰਕੇ ਆਪਦੇ ਢੰਗ ਨਾਲ ਆਪਦੇ ਨੇੜਲੇ ਬੰਦਿਆਂ ਨੂੰ ਫਾਇਦੇ ਪਹੁੰਚਾਉਣ ਲਈ ਜਿਹੜੇ 4.25 ਸਾਲ ਨਾਲ ਰਹੇ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ। ਅਤੇ ਅੱਜ ਕੱਲ੍ਹ ਜੋ ਬਠਿੰਡਾ ਸ਼ਹਿਰ ਦੇ ਵਿੱਚ ਮੇਅਰ ਦੀ ਪੋਸਟ ਲੁੱਟੀ ਗਈ ਹੈ ਪੈਸੇ ਦੇ ਨਾਲ, ਤਜ਼ਰਬੇਕਾਰ ਆਦਮੀ, ਸੀਨੀਅਰ ਆਦਮੀ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਪਾਰਟੀਆਂ ਵਾਸਤੇ, ਕਾਂਗਰਸ ਪਾਰਟੀ ਵਾਸਤੇ ਦਿਨ ਰਾਤ ਕੀਤਾ ਹੈ, ਉਹਨਾਂ ਦੀ ਜਿਹੜੀ ਦਰਕਿਨਾਰ ਕਰਦੇ ਹੋਏ ਬਠਿੰਡੇ ਸ਼ਹਿਰ ਨੂੰ ਇੱਕ ਤਜਰਬੇਕਾਰ ਮੇਅਰ ਤੋਂ ਵਾਂਝਾ ਰੱਖਿਆ, ਅਸੀਂ ਉਹਦੀ ਨਿੰਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਜਦੋਂ ਗੱਲ ਆਈ ਹੈ ਤਾਂ ਲੋਕ ਰਾਜੀ ਪਰੰਪਰਾਵਾਂ ਦੀ ਗੱਲ ਕੀਤੀ ਹੈ। ਜਦੋਂ ਸਾਡੇ ਬਲਵੰਤ ਰਾਏ ਨਾਥ ਜੀ ਮੇਅਰ ਬਣੇ ਸੀ, ਅਸੀਂ ਧਰਤੀ ਤੋਂ ਚੱਕ ਕੇ ਲਿਆਉਂਦੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਰਹਿਣ ਵਾਲੇ ਮੇਅਰ ਬਣਾਇਆ ਸੀ। ਅੱਜ ਜੋ ਬਠਿੰਡਾ ਦਾ ਮੇਅਰ ਹੈ ਉਹ ਬਠਿੰਡੇ ਦੀ ਕਾਰਪੋਰੇਸ਼ਨ ਦੇ ਉੱਤੇ ਕਬਜ਼ਾ ਕੀਤਾ ਗਿਆ ਹੈ। ਸਾਨੂੰ ਨਹੀਂ ਲੱਗਦਾ ਕਿ ਬਠਿੰਡੇ ਸ਼ਹਿਰ ਨੂੰ ਇਸ ਮੇਅਰ ਬਣਨ ਨਾਲ ਕੋਈ ਵੀ ਉਹਨੂੰ ਅਦਾਲਤ ਕਾਲਾ ਜਿਹੜਾ ਆਪਾਂ ਕਹਿ ਰਹੇ ਕਿ ਜਿਹੜੇ ਜ਼ਿੰਮੇਦਾਰ ਜਿਹੜੇ 6-6 ਵਾਰੀ ਗਿੱਲ ਸਾਹਿਬ 6 ਵਾਰੀ ਇਲੈਕਸ਼ਨ ਜਿੱਤੇ, ਆਪਾਂ ਚਰਚਾ ਕਰ ਰਹੇ ਸਾਰੇ ਸ਼ਹਿਰ 'ਚ ਚਰਚਾ ਇਸ ਗੱਲ, ਇਹ ਕਹਿੰਦਾ ਦਾਲ 'ਚ ਕਾਲਾ ਨਹੀਂ, ਸਾਰੀ ਦਾਲ ਹੀ ਕਾਲੀ ਆ, ਇਹਨੂੰ ਚਲਾਉਣ ਵਾਲਾ ਕੋਈ ਹੋਰ ਹੋਏਗਾ। ਔਰ ਦੱਸੀ ਬੈਠੇ ਨੇ ਸਾਡੇ ਮੰਤਰੀ ਸਾਹਿਬ ਕਿ ਉਹਨਾਂ ਨੇ ਜਿਹੜੀ ਹੈ ਰਬੜ ਦੀ ਮੋਹਰ ਬਣਾਈ ਹੈ ਵੀ ਜਿੱਥੇ ਜੀ ਚਾਹੇ ਆਪਾਂ ਇਹਨੂੰ ਲਗਾ ਲਾਂਗੇ। ਪਰ ਮੈਂ ਇੱਕ ਗੱਲ ਬਿਲਕੁਲ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਹੈ ਵੀ ਜਿੰਨਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹੈ ਜਦੋਂ ਮੇਅਰ ਹੁੰਦੇ ਔਰ ਸਿੰਗਲਾ ਸਾਹਿਬ ਵਜ਼ੀਰ ਸੀ ਔਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਉਦੋਂ ਐਮ ਪੀ ਮਨਿਸਟਰ ਸੀ, ਮੈਂ ਕਿਹਾ ਤਨਦੇਹੀ ਨਾਲ ਕੰਮ ਕਰਕੇ ਬਠਿੰਡੇ ਨੂੰ ਪੰਜਾਬ ਦੇ ਵਿੱਚ ਬਹੁਤ ਮਿਹਨਤ ਨਾਲ ਇਸ ਨੂੰ ਇੱਕ ਨੰਬਰ 'ਤੇ ਲੈ ਕੇ ਆਏ ਆ 3 ਵਾਰੀ, ਔਰ ਇਹਨੂੰ ਪੰਜਾਬ ਦੇ ਵਿੱਚ ਨਹੀਂ ਅਸੀਂ ਹਿੰਦੁਸਤਾਨ ਦੇ ਵਿੱਚ ਇੱਕ ਨੰਬਰ 'ਤੇ ਲਿਆਉਣ ਵਾਸਤੇ, ਇਹਨੂੰ 7 ਸਟਾਰ ਜਿਹੜਾ ਹੈ ਇਹਨੂੰ ਲਿਆਉਣ ਵਾਸਤੇ ਅਸੀਂ ਰਿਕਮੈਂਡੇਸ਼ਨ ਕੀਤੀ ਹੋਈ ਹੈ। ਔਰ ਮੈਂ ਕਹਾਂਗਾ ਇਹਨਾਂ ਨੂੰ ਸੋਚ ਰੱਖਣੀ ਚਾਹੀਦੀ ਸੀ, ਨਾ ਕਿ ਬੰਦੇ ਦੀ ਸੋਚ ਹੋਣੀ ਚਾਹੀਦੀ ਸੀ ਕਿ ਬਠਿੰਡੇ ਨੂੰ ਹਿੰਦੁਸਤਾਨ ਦੇ 1 ਨੰਬਰ 'ਤੇ ਲਿਆਉਣ ਵਾਸਤੇ ਜਿਹੜੇ ਜਿਹੜਾ ਪੁਰਾਣੇ ਬੰਦੇ ਨੇ ਜਿਹੜਾ ਜਿਹਨਾਂ ਨੂੰ ਪੂਰੀ ਉਹ ਜਿਹਨੂੰ ਆਪਾਂ ਕਹਿੰਦੇ ਵੀ ਤਜ਼ਰਬੇ ਤੋਂ ਕੰਮ ਲੈਣਾ ਚਾਹੀਦਾ, ਜਿਹੜਾ ਬਠਿੰਡਾ ਵਾਸੀਆਂ ਨੂੰ ਸਾਰਿਆਂ ਨੂੰ ਵੱਡਾ ਬੈਨੀਫਿਟ ਹੁੰਦਾ, ਕਿਉਂਕਿ ਜਿਹੜਾ ਇੱਕ ਮੇਅਰ ਦਾ ਅਹੁਦਾ ਜਿਹਨੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ, ਸਾਰੇ ਸ਼ਹਿਰ ਨੂੰ ਸੈਟਿੰਗ ਕਰਨਾ। ਇੱਕ ਗੱਲ ਮੈਂ ਸਵੇਰੇ ਦੇਖ ਰਿਹਾ ਸੀਗਾ, ਉਹ ਕਹਿ ਰਹੇ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਇਹਦਾ ਜਿਹੜਾ ਬਾਰਸ਼ੀ ਪਾਣੀ ਦੇ ਵਾਸਤੇ ਜਿਹੜੀ ਲਾਈਨ ਪਾਣੀ ਅਸੀਂ ਉਹਦੇ ਵਾਸਤੇ ਕੰਮ ਕਰਾਂਗੇ। ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਤਰਬੈਣੀ ਦਾ ਟੈਂਡਰ ਜਿਹੜਾ 19 ਕਰੋੜ ਕੁਛ ਲੱਖ ਰੁਪਏ ਦਾ ਸਾਡੇ ਟਾਈਮ 'ਤੇ ਹੋਇਆ ਸੀ, ਸਾਡੀ ਸਰਕਾਰ ਬਦਲਣ ਕਰਕੇ ਉਹਨਾਂ ਨੇ ਕੰਮ ਨੂੰ ਜਿਹੜਾ ਕਾਂਗਰਸ ਸਰਕਾਰ ਆ ਗਈ, ਜਿਹੜਾ ਸੀਵਰੇਜ ਬੋਰਡ ਵਾਟਰ ਸਪਲਾਈ ਮਹਿਕਮਾ ਉਹ ਪੰਜਾਬ ਸਰਕਾਰ ਦਾ ਹੁੰਦਾ, ਜਾਣ ਬੁੱਝ ਕੇ ਜਿਹੜਾ ਸ਼ੇਰਗੜ੍ਹ ਵਾਲੀ ਲਾਈਨ ਹੈ ਜਾਣ ਬੁੱਝ ਕੇ ਇਹਨਾਂ ਲੇਟ ਕਰਾਈ ਹੈ, ਔਰ ਜੇ ਅੱਜ ਉਹ ਸਿਰੇ ਲੱਗਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਮੈਂ ਕਹਾਂਗਾ ਜਿਹੜੀਆਂ ਵੱਡੀਆਂ ਲਾਈਨਾਂ ਪੈ ਰਹੀਆਂ 48 ਇੰਚੀ, ਉਹ ਵੀ ਜਿਹੜਾ ਅੰਮ੍ਰਿਤ ਸਕੀਮ ਦੇ ਵਿੱਚੋਂ 48 ਕਰੋੜ ਰੁਪਈਆ ਉਹ ਵੀ ਸੈਂਟਰ ਤੋਂ ਆਇਆ ਸੀ, ਅਤੇ ਜਿਹੜਾ ਤੁਹਾਡਾ ਰੱਬ ਭਲਾ ਕਰੇ ਜਿਹੜੀ 4 ਇੰਚੀ ਲਾਈਨ ਪਾ ਰਹੇ ਹਾਂ ਵਾਟਰ ਸਪਲਾਈ ਦੀ, ਉਹ ਵੀ ਜਿਹੜਾ 18.5 ਕਰੋੜ ਰੁਪਈਆ ਅੰਮ੍ਰਿਤ ਸਕੀਮ 'ਚੋਂ ਆਇਆ, ਉਹਦੇ ਉੱਤੇ ਕੱਪੜਾ ਪਾ ਕੇ ਝੂਠ ਬੋਲ ਕੇ ਉਹਦੇ ਉੱਤੇ ਆਪਣੀ ਸਟੈਂਪ ਲਾਉਣਾ ਚਾਹੁੰਦੇ, ਪਰ ਲੋਕ ਜਿਹੜੇ ਨੇ ਔਰ ਸਾਡੇ ਵਿਧ ਰਿਕਾਰਡ ਗੱਲ ਕਰਦੇ।
देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।